ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਪਿੰਡ ਚਾਲ ਕਲਾਂ ਦੇ ਵਿੱਚ, ਜਿੱਥੇ ਕਿ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਨੇ। ਦੋ ਜੋੜੇ ਨੇ ਜਿਨ੍ਹਾਂ ਦੇ ਵਿਆਹ ਇੱਥੇ ਕੀਤੇ ਜਾ ਰਹੇ ਨੇ। ਐਸ ਐਸ ਰਿਕਾਰਡਸ ਦੇ ਓਨਰ ਸਰਦਾਰ ਪਲਵਿੰਦਰ ਸਿੰਘ ਜੀ, ਚਾਲ ਹੈਂਡੀਕੈਪਡ ਵੈਲਫੇਅਰ ਸੁਸਾਇਟੀ ਦੇ ਉਹਦੇ ਚੇਅਰਮੈਨ, ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਦਾ ਉਪਰਾਲਾ ਸੀ ਕਿ 51 ਵਿਆਹ ਜਿਹੜੇ ਨੇ ਉਹ ਇਕੱਠੇ ਕੀਤੇ ਜਾਣਗੇ, ਪਰ ਕਰੋਨਾ ਦੇ ਚੱਲਦਿਆਂ ਹੋਇਆ ਉਹਨਾਂ ਨੇ ਅੱਜ ਦੋ ਵਿਆਹਾਂ ਦਾ ਅਰੇਂਜਮੈਂਟ ਕੀਤਾ ਹੈ। ਅਤੇ ਆਓ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਪਰਵਿੰਦਰ ਸਿੰਘ ਹੁਣ ਚੱਲ ਸਾਡੇ ਨਗਰ ਚਾਲ ਕਲਾਂ ਦੇ ਵਿੱਚ ਸਾਡੇ ਵੀਰ ਜੀ ਨੇ, ਜੋ ਕਿ ਬਾਬਾ ਜੀ ਸ੍ਰੀ ਚੰਦ ਦੀ ਗੱਦੀ ਦੀ ਸੇਵਾ ਕਰਦੇ, ਇਸ ਵੀਰ ਨੇ ਉਪਰਾਲਾ ਕੀਤਾ ਸੀ ਅਤੇ ਸਾਡੇ ਤੱਕ ਪਹੁੰਚ ਕੀਤੀ ਇਹਨੇ ਕਿ ਵੀਰ ਜੀ ਸਾਡੇ ਨਾਲ ਸੇਵਾ ਦਾ ਸਹਿਯੋਗ ਦਿਓ। ਅਤੇ ਸਾਡੇ ਵੀ ਮਨ ਨੂੰ ਬਹੁਤ ਖੁਸ਼ੀ ਹੋਈ ਕਿ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਇਹਦੇ ਮਨ ਦੇ ਵਿੱਚ ਬਹੁਤ ਵਧੀਆ ਵਿਚਾਰ ਜਾਗਿਆ ਵਾ ਅਤੇ ਧੀਆਂ ਦਾ ਇਹ ਸਾਥ ਸੋਚਿਆ। ਇਸ ਦਿਨ ਅਸੀਂ ਇਹਦੇ ਨਾਲ ਵੱਧ ਚੜ੍ਹ ਕੇ ਸੇਵਾ 'ਚ ਸ਼ਾਮਿਲ ਹੋਏ ਹਾਂ ਅਤੇ ਆਪਣੇ ਆਪ ਨੂੰ ਬਹੁਤ ਖੁਸ਼ੀ ਮਹਿਸੂਸ ਕੀਤੀ ਆ। ਅਸੀਂ ਵੈਸੇ ਵੀ ਐਲਾਨ ਕੀਤਾ ਸੀ ਕਿ ਮੇਰੀ ਐਸ ਐਸ ਰਿਕਾਰਡ ਕੰਪਨੀ ਦੇ ਵਿੱਚੋਂ ਜੋ ਵੀ ਇਨਕਮ ਹੋਏਗੀ ਉਹਦਾ ਦਸਵੰਧ ਅਸੀਂ ਇਹ ਬੱਚੀਆਂ ਦੇ ਵਿਆਹਾਂ 'ਤੇ ਜਾਂ ਵਿਧਵਾ ਔਰਤਾਂ ਦੇ ਰਾਸ਼ਨ ਵਾਸਤੇ ਸਹਾਇਤਾ ਕਰਾਂਗੇ, ਹੈਂਡੀਕੈਪਾਂ ਨੂੰ ਜਿਹੜੇ ਸਾਈਕਲ ਵਗੈਰਾ, ਅਤੇ ਪਹਿਲਾਂ ਵੀ ਅਸੀਂ ਇਹ ਸੇਵਾ ਕਰਦੇ ਆ ਰਹੇ ਹਾਂ। 150 ਵਿਧਵਾ ਔਰਤ ਨੂੰ ਰਾਸ਼ਨ ਦੇਈਦਾ ਵਾ ਅਤੇ 11 ਲੜਕੀਆਂ ਦੇ ਮੈਂ ਫਰਵਰੀ 'ਚ ਮੈਰਿਜ ਕੀਤੀ ਸੀ ਅਤੇ ਦੋ ਦੀ ਅੱਜ ਇਸ ਵੀਰ ਨਾਲ ਕਰ ਰਹੇ ਹਾਂ ਸਹਿਯੋਗ ਕਰਕੇ। ਅਤੇ ਅਸੀਂ ਮੈਂ ਤਾਂ ਆਪਣੇ ਪਿੰਡ ਦੇ ਵਿੱਚ ਪੈਸੇ 21 ਵਿਆਹਾਂ ਦਾ ਟੀਚਾ ਰੱਖਿਆ ਸੀ, ਮੈਂ ਕਿਸੇ ਕੋਲੋਂ ਕੋਈ ਗ੍ਰਾਹੀ ਨਹੀਂ ਕਰਨੀ, ਕੁਛ ਨਹੀਂ। ਜੋ ਮੇਰੀ ਕੰਪਨੀ ਦੀ ਇਨਕਮ ਆ ਮੈਂ ਉਹਦੇ ਦਸਵੰਧ 'ਚੋਂ ਹੀ ਕਰਨਾ ਸੀ ਜੋ ਕਰਨਾ। ਅਤੇ ਅੱਜ ਵੀ ਜੋ ਕੁਝ ਅਸੀਂ ਇਹਨਾਂ ਨਾਲ ਕੀਤਾ ਵਾ ਆਪਣੀ ਕੰਪਨੀ ਦੇ ਦਸਵੰਧ 'ਚੋਂ ਕੀਤਾ, ਅਸੀਂ ਕਿਸੇ ਦੇ ਕੋਲੋਂ ਕੋਈ ਗ੍ਰਾਹੀ ਨਹੀਂ ਕੀਤਾ। ਹਾਂਜੀ, ਉਹ ਮੇਰੀ ਬਹੁਤ ਪੁਰਾਣੀ ਚੱਲ ਰਹੀ ਆ, ਉਸੇ ਦੇ ਤੋਂ ਮੈਂ ਸੇਵਾ ਕਰਦਾ ਵਾਂ। ਅਤੇ ਟ੍ਰਾਈਸਾਈਕਲ ਵਗੈਰਾ ਹੈਂਡੀਕੈਪ ਬੱਚਿਆਂ ਨੂੰ, ਮੈਂ ਕੁਛ ਸਮਾਂ ਪਹਿਲਾਂ ਇੱਥੇ ਸਰਕਾਰੀ ਸਕੂਲ ਦੇ ਵਿੱਚ ਵਾਟਰ ਕੂਲਰ ਵੀ ਲਾ ਕੇ ਗਿਆ, ਡੱਲੇ ਵੀ ਲਾਇਆ ਵਾਟਰ ਕੂਲਰ ਇਹ, ਅਤੇ ਅੱਗੇ ਵੀ ਮਹਾਰਾਜ ਜਿੰਨੀ ਕੁ ਪਹੁੰਚ ਕਰੇਗਾ ਸੇਵਾ ਕਰਦੇ ਰਹਾਂਗੇ। ਵੈ ਸਾਨੂੰ ਬਹੁਤ ਖੁਸ਼ੀ ਆ, ਸਾਡੇ ਪੰਜਾਬ ਦੇ ਹੈਲਥ ਸਿਸਟਮ ਦੇ ਪ੍ਰਧਾਨ ਸਾਹਿਬ, ਕਾਂਗਰਸ ਪ੍ਰਧਾਨ ਰੋਸ਼ਨ ਜੀ, ਐਡਵੋਕੇਟ ਪਾਉਲ ਜੀ, ਸਾਡੇ ਹੋਰ ਮੈਨੇਜਰ ਸਾਹਿਬ ਆਏ ਨੇ, ਵਿਜੇ ਮੱਟੂ ਜੀ ਆਏ ਨੇ, ਪੰਜਾਬ ਦੇ ਮੰਨੇ ਪ੍ਰਮੰਨੇ ਹਸਤੀ ਜਿਹੜੀ ਆ ਇੰਟਰਨੈਸ਼ਨਲ ਲੈਵਲ ਦੇ ਸਿੰਗਰ ਬਹੂ ਮਦਨ ਮੱਦੀ ਜੀ ਵੀ ਇੱਥੇ ਆਏ ਨੇ, ਉਹਨਾਂ ਦਾ ਵੀ ਸਾਰਿਆਂ ਦਾ ਆਉਣ 'ਤੇ ਨਿੱਘਾ ਸਵਾਗਤ ਕਰਦੇ ਹਾਂ ਅਤੇ ਧੰਨਵਾਦ ਕਰਦੇ ਇਹਨਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਦਿੱਤਾ ਹੈ। ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ? ਸਭ ਤੋਂ ਪਹਿਲਾਂ ਜੀ ਸਾਰੇ ਮੇਰੇ ਸਤਵੰਤੇ ਪੱਤਰ ਆਇਆਂ ਹੋਇਆਂ ਨੂੰ ਮੈਂ ਜੀ ਆਖਦਾ ਜੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜੀ, ਕੁਝ ਆਪ ਜੀ ਨੇ ਸਮਾਂ ਕੱਢ ਕੇ ਇਸ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰੀ ਭਰੀ ਆ ਅਤੇ ਦੋ ਲੋੜਵੰਦ ਲੜਕੀਆਂ ਦੇ ਵਿਆਹਾਂ ਦੇ ਵਿੱਚ ਜੋ ਵੀ ਭਾਈ ਸਾਹਿਬ ਜੀ ਨੇ ਸੇਵਾ ਪਹੁੰਚਾਈ ਆ ਪ੍ਰਵਾਨ ਆ ਜੀ, ਬਹੁਤ ਵੱਡਾ ਉਪਰਾਲਾ ਕਰਕੇ ਇਹਨਾਂ ਨੇ ਮੇਰਾ ਸਾਥ ਦਿੱਤਾ। ਅੱਗੇ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਵੱਧ ਚੜ੍ਹ ਕੇ ਅਸੀਂ ਸੇਵਾ ਕਰਾਂਗੇ। ਭੁੱਲਾਂ ਚੁੱਕਾਂ ਦੀ ਗਲਤੀ, ਆਪ ਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਸ਼ਲਾਘਾਯੋਗ ਇਹ ਕਦਮ ਹੈ ਬਾਬਾ ਜੀ ਨੇ, 6.5 ਮਹੀਨੇ ਸਾਹਿਬ, ਡਾਕਟਰ ਸਾਹਿਬ, ਸਾਰਿਆਂ ਦਾ ਉਪਰਾਲਾ ਇਹ ਬਹੁਤ ਵੱਡਾ। ਮੈਂ ਸਮਝਦਾ ਕਿ ਇਸ ਮਹਾਂਮਾਰੀ ਦੌਰਾਨ ਜਦੋਂ ਪੂਰੀ ਦੁਨੀਆ ਜਿਹੜੀ ਆ ਕਰੋਨਾ ਦੇ ਵਿੱਚ, ਬਿਜ਼ਨਸ ਡਾਊਨ ਹੋ ਗਏ, ਬੜੇ ਬੜੇ ਲੋਕ ਘਰਾਂ ਦੇ ਵਿੱਚ ਬਹਿ ਗਏ ਨੇ, ਔਰ ਅਜਿਹੇ ਦੇ ਵਿੱਚ ਇਹੋ ਜਿਹੇ ਸੋਸ਼ਲ ਕੰਮ ਕਰਨਾ ਬਹੁਤ ਵੱਡਾ ਇੱਕ ਸ਼ਲਾਘਾਯੋਗ ਕਦਮ ਹੈ। ਮੈਂ ਵਧਾਈ ਦਿੰਦਾ ਹਾਂ ਔਰ ਮੈਂ ਸਮਝਦਾ ਕਿ ਸਾਡਾ ਸਮਾਜ, ਸਾਡਾ ਪੰਜਾਬ ਇਹਨਾਂ ਲੋਕਾਂ ਕਰਕੇ ਜਿਹੜੇ ਸੇਵਾ ਨੂੰ ਲੈ ਕੇ ਚੱਲਦੇ ਨੇ, ਜਿਹੜੇ ਵਿਧਵਾ ਦੀ ਸੇਵਾ ਕਰਦੇ ਨੇ, ਅੰਗਹੀਨਾਂ ਦੀ ਸੇਵਾ ਕਰਦੇ ਨੇ ਔਰ ਗਰੀਬ ਬੱਚੀਆਂ ਦੇ ਦਾਨ ਕਰਕੇ ਜਿਹੜਾ ਸੇਵਾ ਕਰਦੇ ਨੇ, ਇਹਦੇ ਕਰਕੇ ਹੀ ਪਰਮਾਤਮਾ ਨੇ, ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਕਿ ਪੰਜਾਬ ਇੱਕ ਵਾਧਾ ਫੁੱਲਦਾ ਪ੍ਰਾਂਤ ਆ ਔਰ ਖੁਸ਼ਹਾਲ ਪ੍ਰਾਂਤ ਆ, ਔਰ ਇਸੇ ਤਰ੍ਹਾਂ ਹੀ ਇਹੋ ਜਿਹੇ ਲੋਕ ਜਿਹੜੇ ਨੇ ਅੱਗੇ ਵੱਧਦੇ ਰਹਿਣ, ਔਰ ਇਹਨਾਂ ਨੂੰ ਸਾਡੀਆਂ ਸ਼ੁਭਕਾਮਨਾਵਾਂ ਵੀ ਆ ਔਰ ਸਰਕਾਰ ਵੱਲੋਂ ਵੀ ਅਸੀਂ
ਇਹਨਾਂ ਦੇ ਜਿਹੜਾ ਇਹਨਾਂ ਨੂੰ ਵਧਾਈ ਦਿੰਦੇ ਹਾਂ। ਆਪਣੀ ਪਾਰਟੀ ਵੱਲੋਂ, ਕਾਂਗਰਸ ਪਾਰਟੀ ਵੱਲੋਂ ਵੀ ਮੈਂ ਇਹਨਾਂ ਨੂੰ ਵਧਾਈ ਦਿੰਦਾ, ਔਰ ਜੋ ਸਾਡੇ ਕੋਲ ਵੀ ਸਹਿਯੋਗ ਬਣਦਾ ਇਹੋ ਜਿਹੇ ਲੋਕਾਂ ਦੇ ਨਾਲ ਅਸੀਂ ਮਿਲ ਕੇ ਚੱਲਾਂਗੇ। ਸਾਧਨ ਜੈ ਹਿੰਦ ਜੈ ਭਾਰਤ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਜ ਬਹੁਤ ਵਧੀਆ ਲੱਗਾ ਜਿਵੇਂ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਡਿਸਟ੍ਰਿਕਟ ਕਾਂਗਰਸ ਕਮੇਟੀ ਗੁਰਦਾਸਪੁਰ ਦੇ ਦੱਸ ਚੁੱਕੇ ਨੇ ਕਿ ਇਸ ਮਹਾਂਮਾਰੀ ਦੇ ਸਮੇਂ ਦੇ ਵਿੱਚ ਜਦੋਂ ਕਿ ਪੈਸੇ ਧੇਲੇ ਦੀ ਬਹੁਤ ਜ਼ਿਆਦਾ ਸ਼ੋਰਟੇਜ ਆ, ਕਾਰੋਬਾਰ ਬੰਦ ਹੋ ਚੁੱਕੇ ਨੇ, ਔਰ ਸ਼੍ਰੀ ਸਾਈਂ ਦੇ ਸਾਡੇ ਚੇਅਰਮੈਨ ਸਰਦਾਰ ਪਰਵਿੰਦਰ ਸਿੰਘ ਜੀ ਔਰ ਇੱਥੇ ਸੇਵਾ ਕਰ ਰਹੇ ਬਾਬਾ ਜੀ, ਇਹਨਾਂ ਨੇ ਬਹੁਤ ਵਧੀਆ ਇੱਕ ਉਪਰਾਲਾ ਕਰਕੇ ਦੋ ਬੇਟੀਆਂ ਦੀ ਸ਼ਾਦੀ ਕੀਤੀ ਆ, ਔਰ ਸਾਡੇ ਸ਼੍ਰੀ ਸਾਈਂ ਦੇ ਚੇਅਰਮੈਨ ਸਾਹਿਬ ਇਹ ਪਹਿਲਾਂ ਦੱਸ ਚੁੱਕੇ ਆ ਕਿ ਉਹਨਾਂ ਨੇ ਮਨ ਦੇ ਵਿੱਚ ਧਿਆਇਆ ਵਾ ਕਿ ਜੋ ਵੀ ਸਾਨੂੰ ਕੈਸਟ ਕੰਪਨੀ ਦੇ ਵੱਲੋਂ ਪ੍ਰੋਫਿਟ ਆਏਗਾ ਅਸੀਂ ਇਸ ਤਰ੍ਹਾਂ ਦੇ ਭਲਾਈ ਦੇ ਕੰਮ ਕਰਦੇ ਰਹੋਗੇ। ਔਰ ਮੈਂ ਇਹ ਸਮਝਣਾ ਕਿ ਜਦੋਂ ਅਸੀਂ ਕਿਸੇ ਦਾ ਵੀ ਕੋਈ ਗਰੀਬ ਪਰਿਵਾਰ ਨੂੰ ਚੁੱਕਣੇ ਆ ਜਾਂ ਉਸਨੂੰ ਕੁਛ ਦਿੰਦੇ ਲੈਂਦੇ ਹਾਂ ਤਾਂ ਇਹ ਸਾਡੀ ਹਾਜ਼ਰੀ ਜਿਹੜੀ ਆ ਸਿੱਧੀ ਪਰਮਾਤਮਾ ਦੇ ਘਰ ਲੱਗਦੀ ਆ। ਔਰ ਮੈਂ ਇਸ ਸਾਰੇ ਕਾਰੋਬਾਰ ਦੀ ਜਿਹੜੀ ਵਧਾਈ ਆ ਸਾਡੇ ਸ਼੍ਰੀ ਸਾਈਂ ਦੇ ਜਿਹੜੇ ਚੇਅਰਮੈਨ ਸਾਹਿਬ ਨੇ ਸਰਦਾਰ ਪਰਵਿੰਦਰ ਸਿੰਘ ਜੀ ਔਰ ਉਹਨਾਂ ਦੇ ਨਾਲ ਬਾਬਾ ਜੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਰੋਸ਼ਨ ਜੋਸਫ ਜੀ, ਇਹ ਸਾਰੀ ਟੀਮ ਜਿਹੜੀ ਆ ਵੱਡੀ ਵਧਾਈ ਦੀ ਪਾਤਰ ਆ। ਔਰ ਮੈਂ ਇਹਨਾਂ ਦੋ ਪਰਿਵਾਰਾਂ ਨੂੰ ਵੀ ਇਸ ਸ਼ੁਭ ਮੌਕੇ 'ਤੇ, ਵਿਆਹ ਦੇ ਖੁਸ਼ੀ ਦੇ ਮੌਕੇ ਦੇ ਉੱਤੇ ਆਪਣੇ ਵੱਲੋਂ ਅਤੇ ਆਪਣੇ ਸਾਥੀਆਂ ਵੱਲੋਂ ਵਧਾਈ ਦਿੰਦਾ ਹਾਂ। ਲੋਕ ਪ੍ਰਸਿੱਧ ਗਾਇਕ ਮਦਨ ਮੱਦੀ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਜਿੰਨੇ ਸਾਡੀਆਂ ਰਿਸਪੈਕਟਡ ਹਸਤੀਆਂ ਜੀ, ਇਹਨਾਂ ਸਾਰਿਆਂ ਨੇ ਜਿਹੜੀ ਗੱਲ ਕੀਤੀ ਆ ਵੀ ਅੱਜ ਦਾ ਜਿਹੜਾ ਦੌਰ ਆ ਬੜਾ ਹੀ ਕ੍ਰਾਈਸਿਸ ਚੱਲ ਰਿਹਾ, ਪਰ ਫਿਰ ਵੀ ਉਹਦੇ ਵਿੱਚੋਂ ਕੁਝ ਨਾ ਕੁਝ ਦਸਵੰਧ ਕੱਢ ਕੇ ਅਤੇ ਇਸ ਚੰਗਿਆਂ ਕੰਮਾਂ ਵਾਸਤੇ ਜਿਹੜਾ ਲਾਉਣਾ, ਮੇਰਾ ਖਿਆਲ ਆ ਜਿੱਦਾਂ ਪ੍ਰਧਾਨ ਸਾਹਿਬ ਨੇ, ਡਾਕਟਰ ਸਾਹਿਬ ਨੇ ਗੱਲ ਕੀਤੀ ਆ ਵੀ ਇਹ ਸਿੱਧੀ ਪ੍ਰਵਾਨਗੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ। ਸੋ ਅਸੀਂ ਸਾਡੇ ਪਰਵਿੰਦਰ ਭਾਅ ਜੀ ਇਹ ਜਿਹੜੀਆਂ ਸੇਵਾਵਾਂ ਕਰ ਰਹੇ ਆ ਜੀ, ਅਤੇ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਇਹ ਕਰਦੇ ਰਹਿਣ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਸਾਰੇ ਜਿੰਨੇ ਵੀ ਬਾਕੀ ਇਹਨਾਂ ਤੋਂ ਇਲਾਵਾ ਸਿੰਗਰ ਹੋਣ ਦੇ ਨਾਤੇ ਜਿਹੜੇ ਸਾਡੇ ਸਿੰਗਰ ਸਾਡੇ ਵੀਰ ਆ ਉਹਨਾਂ ਦੀ ਵੀ ਲੋਕਡਾਊਨ ਦੇ ਵਿੱਚ, ਚਲੋ ਮੈਂ ਨਾਂ ਨਹੀਂ ਲੈਣੇ ਸਿੰਗਰਾਂ ਦੇ, ਉਹ ਕਹਿੰਦੇ ਵੀ ਸਾਈਂ ਜੀ ਨੇ, ਅਸੀਂ ਇਹਨਾਂ ਨੂੰ ਕੁਲਵਿੰਦਰ ਸਿੰਘ ਜੀ ਨੂੰ ਸਾਈਂ ਜੀ ਕਹਿੰਦੇ ਹਾਂ ਜੀ, ਕਿਉਂਕਿ ਜਿਹੜੀ ਕੰਪਨੀ ਆ ਸਾਡੀ ਉਹ ਸ਼ਿਰਡੀ ਸਾਈਂ ਦੇ ਨਾਲ ਜਾਣੀ ਜਾਂਦੀ ਹੈ ਜੀ। ਸੋ ਇਹਨਾਂ ਨੇ ਗਾਉਣ ਵਾਲਿਆਂ ਦੀ ਬਾਂਹ ਫੜੀ ਆ, ਸੋ ਇਸ ਕਰਕੇ ਮਾਲਕ ਇਹਨਾਂ ਨੂੰ ਇੱਦਾਂ ਹੀ ਇਹਨਾਂ ਦੇ ਖਜ਼ਾਨੇ ਭਰਪੂਰ ਰੱਖੇ ਅਤੇ ਇਹ ਇੱਦਾਂ ਹੀ ਸੇਵਾਵਾਂ ਕਰਦੇ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ। ਸਭ ਤੋਂ ਪਹਿਲਾਂ ਪੂਰੇ ਹੀ ਜੋ ਪਿੰਡ ਚਾਲ ਦੇ ਵਿੱਚ ਨਗਰ ਨਿਵਾਸੀ ਆ ਸਾਰਿਆਂ ਨੂੰ ਬਹੁਤ ਬਹੁਤ ਸਾਡੀ ਰੰਡੇਟਾ ਜੂਥ ਏਕਤਾ ਜਥੇਬੰਦੀ ਵੱਲੋਂ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਗੁਰਜੀਤ ਸਿੰਘ ਜੀ, ਜੋ ਪਿੰਡ ਚਾਲ ਤੋਂ ਜੋ ਅਸੀਂ ਮੁੱਖ ਸੇਵਾਦਾਰ ਆਪਣੀ ਜਥੇਬੰਦੀ ਵੱਲੋਂ ਲਾਇਆ, ਅਤੇ ਸਾਡੀ ਪੂਰੀ ਹੀ ਰੰਗਰੇਟਾ ਜੂਥ ਏਕਤਾ ਜਥੇਬੰਦੀ ਵੱਲੋਂ ਅਸੀਂ ਆਪਣੀ ਸਾਰੀ ਹੀ ਟੀਮ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਇਹਨਾਂ ਭੈਣਾਂ ਦੇ ਆਨੰਦ ਕਾਰਜ ਵਾਸਤੇ। ਅਤੇ ਬਾਕੀ ਸਾਡਾ ਇਹੀ ਸੰਗਤ ਨੂੰ ਸੰਦੇਸ਼ ਆ ਕਿ ਲੋੜਵੰਦ ਪਰਿਵਾਰਾਂ ਦੀ ਜ਼ਰੂਰ ਮਦਦ ਕਰੋ ਜੋ ਬੇਸਹਾਰਾ ਨੇ, ਅਤੇ ਅਸੀਂ ਸਾਰੇ ਹੀ ਜਿੰਨੇ ਵੀ ਸੱਜਣ ਇੱਥੇ ਆਏ ਬਹੁਤ ਪਾਰੇ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਅਸੀਂ ਇਹਨਾਂ ਭੈਣਾਂ ਨੂੰ ਜੋ ਸਾਡੀ ਰੰਗਰੇਟਾ ਜੂਥ ਏਕਤਾ ਜਥੇਬੰਦੀ ਵੱਲੋਂ ਅਸੀਂ ਆਸ਼ੀਰਵਾਦ ਦੇ ਰਹੇ ਹਾਂ, ਸਾਡੇ ਦਸ਼ਮੇਸ਼ ਧਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ, ਅਤੇ ਘੋੜੇ ਸ਼ਾਹ ਤੋਂ ਬਾਬਾ ਹਰਪਾਲ ਸਿੰਘ ਜੀ, ਬਾਬਾ ਦਰਸ਼ਨਦਾਸ ਜੀ ਟਾਂਗਰੇ ਵਾਲੇ, ਅਤੇ ਬਾਬਾ ਦਲਬੀਰ ਸਿੰਘ ਜੀ ਅਤੇ ਹੋਰ ਜਿੰਨੇ ਵੀ ਸਿੰਘ ਇੱਥੇ ਸਾਡੇ ਰੰਗਰੇਟਾ ਜੂਥ ਏਕਤਾ ਜਥੇਬੰਦੀ ਵਿੱਚ ਆਏ ਨੇ, ਅਸੀਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਜੋ ਮੁੱਖ ਸੇਵਾਦਾਰ ਸਾਡੇ ਬਾਬਾ ਗੁਰਜੀਤ ਸਿੰਘ ਜੀ, ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਬਹੁਤ ਜ਼ਿਆਦਾ ਵੱਡਾ ਉਪਰਾਲਾ ਕੀਤਾ। ਅਤੇ ਜੋ ਭੈਣਾਂ ਦੇ ਆਨੰਦ ਕਾਰਜ ਅਸੀਂ 1 ਤਰੀਕ ਨੂੰ ਰੱਖੇ ਸੀ, ਅਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਹੀ ਜਿਹੜਾ ਸਾਡੇ ਨੌਜਵਾਨਾਂ ਨੇ ਉਤਸ਼ਾਹ ਕਰਕੇ ਅਤੇ ਐਡਾ ਵੱਡਾ ਉਪਰਾਲਾ ਕੀਤਾ, ਅਤੇ ਅਸੀਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਅੰਮੋ ਨੰਗਲ ਅਤੇ ਸਖੋਵਾਲ ਤੋਂ, ਅਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਲੜਕੀ ਜੋੜੀ ਹੈ ਜਿਹੜਾ ਲੜਕਾ ਰੂਪੋਵਾਲੀ ਤੋਂ ਅਤੇ ਜਿਹੜੀ ਲੜਕੀ ਆ ਉਹ ਭੈਣ ਹੈਗੀ ਆ ਪਹਾੜਵਿੰਡ ਤੋਂ, ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਗੁਰਸਿੱਖ ਪਰਿਵਾਰ ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਕਿ ਦੋਵਾਂ ਜੋੜੀਆਂ ਨੂੰ ਜਿਹੜਾ ਆਪਣਾ ਮਿਹਰ ਭਰਿਆ ਹੱਥ ਰੱਖਣਾ ਅਤੇ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤਾਂ ਜੋ ਇਹਨਾਂ ਨੂੰ ਕੋਈ ਵੀ ਦੁੱਖ ਦਲਿੱਦਰ ਜਿਹੜਾ ਨਾ ਆਉਣਾ। ਅਤੇ ਸਾਡੀ ਫਿਰ ਇਹੀ ਰੰਗਰੇਟਾ ਜੂਥ ਏਕਤਾ ਜਥੇਬੰਦੀ ਵੱਲੋਂ ਸਾਰੀਆਂ ਹੀ ਸੰਗਤਾਂ ਦਾ ਜੋ ਇੱਥੇ ਪਹੁੰਚਣ 'ਤੇ ਧੰਨਵਾਦ ਕਰਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਸੁਰਜਨ ਸਿੰਘ ਨਾਲ ਪ੍ਰਗਟ ਸਿੰਘ, ਦਾ ਪੰਜਾਬ ਨਿਊਜ਼, ਚਾਲ ਕਲਾਂ।